ਵਕੀਲ ਸਾਹਿਬ ਨੂੰ ਅੰਦਰ ਜਾਣ ਦੋ ਜੀ। ਮੈਂ ਵਕੀਲ ਹਾਂ ਜੀ, ਮੈਂ ਇਕੱਲੇ ਨੇ ਅੰਦਰ ਜਾਣਾ, ਕੋਈ ਆਪਣੀ ਲੱਗਾ। ਮੈਂ ਜਸਟ ਚੈੱਕ ਕਰ ਰਿਹਾ ਜਾ ਕੇ ਕੀ ਕਰ ਰਹੇ ਨੇ ਉਹ। ਉਹਨਾਂ ਨੂੰ ਕਹੋ ਜੀ ਕਿ ਉਹਨਾਂ ਨੇ ਕੋਈ ਰੁਕਾਵਟ ਨਹੀਂ ਕਰਨੀ, ਸਿਰਫ ਚੈੱਕ ਕਰਨ ਆਏ ਨੇ ਉਹ। ਤੇ ਵਾਰੰਟ ਹੈਗੇ ਨੇ ਕਿ ਨਹੀਂ? ਮੈਂ ਇੱਦਾਂ ਹੀ ਵਾਪਸ ਚਲੇ ਜਾਣਾ ਵਾਰੰਟ ਦੇ ਕੇ ਜੀ। ਵਕੀਲ ਸਾਹਿਬ ਕੀ ਚੱਕਰ ਹੈ ਜੀ ਤੁਸੀਂ ਇੱਥੇ ਜਿਹੜਾ? ਸਰ ਮੈਂ ਕੁਛ ਨਹੀਂ ਕਰਨਾ, ਮੈਂ ਜਸਟ ਉਰੇ ਵਾਰੰਟ ਦੇਖਣ ਆਇਆ। ਇਹਨਾਂ ਕੋਲ ਵਾਰੰਟ ਹੈ ਵੀ ਕਿ ਨਹੀਂ, ਕਿ ਇਹ ਬਿਨਾਂ ਮਤਲਬ ਤੋਂ ਅੰਦਰ ਵੜ ਕੇ ਤਲਾਸ਼ੀ ਲੈ ਰਹੇ ਨੇ ਕਿਸੇ ਦੇ ਘਰ ਦੀ। ਹੁਣ ਮੈਂ ਇੰਸਪੈਕਟਰ ਸਾਹਿਬ ਨੂੰ ਅੱਧਾ ਘੰਟਾ ਹੋ ਗਿਆ, ਉਹਨਾਂ ਨੂੰ ਕਹਿ ਰਿਹਾ ਬਾਰ ਬਾਰ ਕਿ ਜੇ ਮੈਨੂੰ ਜੋ ਵਾਰੰਟ ਆ ਉਹ ਚੈੱਕ ਕਰਾਓ ਚੈੱਕ ਕਰਾਓ, ਉਹ ਹਾਲੇ ਤੱਕ ਬਾਹਰ ਹੀ ਨਹੀਂ ਆ ਰਹੇ ਵਾਰੰਟ ਲੈ ਕੇ। ਕਿਆ ਪਤਾ ਉਹਨਾਂ ਕੋਲ ਵਾਰੰਟ ਹੈ ਜਾਂ ਨਹੀਂ, ਪਹਿਲਾਂ ਉਹ ਵਾਰੰਟ ਚੈੱਕ ਕਰਾਉਣ, ਫਿਰ ਅੰਦਰ ਜਾ ਕੇ ਚੈੱਕ ਕਰਨ ਜੋ ਵੀ ਕਰਨੀ ਆਪਣੀ ਉਹਨਾਂ ਨੇ। ਕਿੰਨੇ ਟਾਈਮ ਤੋਂ ਰਿਕੁਐਸਟ ਕਰ ਰਹੇ ਹੋ ਸਰ? ਮੈਨੂੰ ਅੱਧਾ ਘੰਟਾ ਹੋ ਗਿਆ ਉਰੇ ਖੜੇ ਨੂੰ। ਹੁਣ ਮੈਂ ਮੁਲਾਜ਼ਮ ਸਾਹਿਬ ਨਾਲ ਵੀ ਗੱਲ ਕਰੀ, ਉਹ ਵੀ ਕਹਿ ਰਹੇ ਅਸੀਂ ਅੰਦਰ 3 ਵਾਰ ਉਹਨਾਂ ਨੂੰ ਕਹਿਤਾ, ਹਾਲੇ ਤੱਕ ਕੋਈ ਦੱਸ ਨਹੀਂ ਰਿਹਾ ਕੁਛ ਜੀ। ਤੁਹਾਡੀ ਐਂਟਰੀ ਨਹੀਂ ਹੁੰਦੀ ਤਾਂ ਫਿਰ ਅੱਗੇ ਕੀ ਕਰੋਗੇ ਤੁਸੀਂ? ਸਰ ਅੱਗੇ ਮੈਂ ਹੁਣ ਦੇਖਦਾ ਕੀ ਕਹਿੰਦੇ ਕਿ ਨੇ ਫਿਰ ਕੋਰਟ ਦਾ ਦਰਵਾਜ਼ਾ ਕੋਈ ਖਟਾਉ। ਬਿਲਕੁਲ ਕਰਾਂਗੇ ਸਰ, ਸਭ ਕੁਝ ਕਰਾਂਗੇ ਜੀ। ਸਰ ਜੇ ਹੁਣ ਤੁਹਾਨੂੰ ਨਹੀਂ ਫਿਰ ਵੀ ਜਾਣ ਦਿੰਦੇ ਬਰੰਟ ਉਹਨਾਂ ਕੋਲ ਨਾ ਹੋਣ, ਤਾਂ ਫਿਰ ਤੁਸੀਂ ਕਿਹੜੀ ਅਗਲੀ ਕਾਰਵਾਈ ਕਰੇਗੇ ਜੀ? ਸਰ ਮੈਂ ਅੱਗੇ ਕੋਰਟ ਰਾਹੀਂ ਕਰਾਂਗੇ ਕਾਰਵਾਈ ਇਹਨਾਂ ਉੱਪਰ, ਜੇ ਇਹਨਾਂ ਨੇ ਕੁਛ ਗਲਤ ਕੀਤਾ ਜੀ।